ਗਿਆ ਸੀ ਤੋਂ ਅਰਮੀਨੀਆ, ਅਰਮੀਨੀਆ ਦੇ ਵਿੱਚ ਗਏ ਨੂੰ ਹੋ ਗਏ ਸੀ, 6-7 ਮਹੀਨੇ ਹੋ ਗਏ ਸੀ ਗਏ ਨੂੰ, 17 ਮਹੀਨਾ ਜਾਣ ਡਿਆ ਸੀ ਗਏ ਨੂੰ। ਅਤੇ ਆਪਣੇ ਵੱਲੋਂ ਤਾਂ ਅਸੀਂ ਕਮਾਈ ਕਰਕੇ ਘੱਲਿਆ ਸੀ, ਚੁੱਕ ਚੁਕਾ ਕੇ ਲਾ ਕੇ 5-1 ਲੱਖ ਰੁਪਈਆ ਲਾਇਆ ਸੀ ਚੁੱਕ ਚੁਕਾ ਕੇ, ਅਤੇ ਕਮਾਉਣ ਵਾਸਤੇ ਘੱਲਿਆ ਸੀ ਵੀ ਚਲੋ ਘਰ ਦੇ ਹਾਲਤ ਜਿਹੜੇ ਆ ਕੁਛ ਬਦਲ ਜਾਣਗੇ ਹਾਲਾਤ। ਇੰਨਾ ਨਹੀਂ ਸੀ ਪਤਾ ਸਾਡੇ ਪੁੱਤ ਨੇ ਇਹ ਕੁਛ ਹੋਣਾ। ਜਿੱਦਣ ਇੱਦਾਂ ਹੋਈ ਆ ਗੱਲ ਵੀ ਉਹਦੇ ਨਾਲ, ਅਤੇ ਰਾਤ ਨੂੰ ਗੱਲ ਕੀਤੀ, ਕਹਿੰਦਾ ਮਾਂ ਮੈਨੂੰ ਬੁਖਾਰ ਚੜਿਆ ਆ ਅਤੇ ਮੈਨੂੰ ਕਾਹਲੀ ਪੈਣੀ, ਨਾਲੇ ਘਬਰਾਹਟ ਹੋਣ ਡਈ ਆ। ਮਾਂ ਨੂੰ 1 ਦਿਨ ਪਹਿਲਾਂ ਕਹਿੰਦਾ, ਉਸ ਦਿਨ ਮਾਂ ਨੇ ਪੈਸੇ ਪਾ ਤੇ ਨੇ, 2200 ਰੁਪਈਆ ਵੀ ਪਾਇਆ ਉਹਨੂੰ ਕੌਂਡੋ ਦੇ ਵਿੱਚ ਵੀ ਆ ਲੈ ਦਵਾਈ ਲੈ। ਅਤੇ ਫਿਰ ਥੋੜ੍ਹੇ ਦਿਨ ਬਾਅਦ ਫਿਰ ਆਉਂਦਾ, ਮੈਨੂੰ ਅੱਜ ਜ਼ਿਆਦਾ ਘਬਰਾਹਟ ਹੋਣ ਡਈ ਆ ਅਤੇ ਕਾਹਲੀ ਪੈਣ ਡਈ ਆ ਅਤੇ ਪਤਾ ਨਹੀਂ ਮੈਨੂੰ ਮਾਂ ਕੀ ਹੋਣ ਡਿਆ। ਕਹਿੰਦੀ ਪੁੱਤ ਤੂੰ ਇੱਦਾਂ ਕਰ, ਨਹਾ ਧੋ ਕੇ ਤੇ ਲੰਮੇ ਪੈ ਤੇ ਰੈਸਟ ਕਰ, ਖਰੇ ਤੂੰ ਠੀਕ ਹੋ ਜਾਏਗਾ, ਘਬਰਾਹਟ ਪੈਣੀ। ਕਹਿੰਦਾ ਇੱਥੇ ਨਾ ਆਕਸੀਜਨ ਦੀ ਵੀ ਥੋੜ੍ਹੀ ਜਿਹੀ ਕਮੀ ਆ, ਇੰਨਾ ਪਤਾ ਹੀ ਨਹੀਂ ਹੈਗਾ ਵੀ ਇਹ ਕੰਮ ਹੋ ਜਾਣਾ, ਇੰਨਾ ਤਾਂ ਸੋਚਿਆ ਹੀ ਨਹੀਂ ਮਨ ਦੇ ਵਿੱਚ। ਆਪਣੇ ਵੱਲੋਂ ਤਾਂ ਚੰਗੇ ਕੰਮਾਂ ਵਾਸਤੇ ਭੇਜੀ ਦਾ, ਕਮਾਈ ਵਾਸਤੇ ਭੇਜੀ ਦਾ, ਅਤੇ ਹਾਲਤ ਹੀ ਮਨ ਸਭ ਚੁੱਕ ਚੁਕਾ ਕੇ, ਮਾਂ ਚਰੀ ਦਾ ਕੀ ਰਹਿ ਗਿਆ, ਕੁਛ ਨਹੀਂ, ਲੱਕ ਹੀ ਟੁੱਟ ਗਿਆ ਸਾਰਾ ਚੁੱਕ ਚੁਕਾ ਕੇ। ਬੜੇ ਔਖੇ ਪੁੱਤ ਪਾਲਿਆ, ਇਹ 2 ਭਰਾ ਸੀ, ਦੂਜਾ 12 ਸਾਲ ਦਾ ਹੈ, ਛੋਟਾ ਇਹੋ ਹੀ ਵੱਡਾ ਸੀ, ਇਹਦੇ 'ਤੇ ਆਸਾਂ ਸੀ, ਇਹਨੇ ਕਮਾਉਣਾ, ਇਹ ਚੁੱਕ ਗਿਆ ਚੁੱਕ ਚੁਕਾ। ਹੁਣ ਤਾਂ ਅਸੀਂ ਉਹਨੂੰ ਅਸੀਂ ਤਾਂ ਦਿਲਾਸਾ ਦੇਣੇ ਹਾਂ, ਪੁੱਤ ਕੋਈ ਗੱਲ ਨਹੀਂ 1 ਮਹੀਨਾ ਕੱਢ ਟਾਈਮ, ਤੈਨੂੰ ਇਟਲੀ ਗਾੜੀ ਕੱਢ ਦਾਂਗੇ, ਟੈਨਸ਼ਨ ਲੈ ਤੂੰ, ਕੋਈ ਗੱਲ ਨਹੀਂ। ਇਹਨਾਂ ਨੇ ਪਤਾ ਵੀ ਪੁੱਤ ਨੇ ਡੱਬੇ 'ਚ ਪੈਕ ਹੋ ਕੇ ਆ ਜਾਣਾ, ਇਹਨਾਂ ਤਾਂ ਸੋਚਿਆ ਹੀ ਨਹੀਂ ਹੈਗਾ। ਆਪਾਂ ਸ਼ਾਸ਼ਨ ਤੁਹਾਡੇ ਕੀ ਮੰਗਿਆ, ਵੇਖੋ ਸਾਨੂੰ ਤਾਂ ਇੰਨੀ ਬੜੀ ਖੁਸ਼ੀ, ਸਾਡੀ ਲਾਸ਼ ਮਿਲ ਗਈ, ਸਾਨੂੰ ਤਾਂ ਵੀ ਨਹੀਂ ਆਸ ਹੈਗੀ। ਸ਼ਾਸ਼ਨ ਗਾੜੀ ਇਹੋ ਹੀ ਹੈ ਵੀ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ, ਅਤੇ ਬੱਚੇ ਕਿਉਂ ਧੱਕੇ ਖਾਣ, ਕਿਉਂ ਧੱਕੇ ਇੱਕ ਢਿੱਡ ਪਤਲ ਹੀ ਬਾਹਰ ਬੱਚੇ ਭੇਜੀ ਦੇ, ਨਹੀਂ ਤਾਂ ਕੀ ਲੋੜ ਹੈ ਭੇਜਣ ਦੀ। ਅਸੀਂ ਤਾਂ ਭੁੱਖਾਂ ਘੱਟ ਘੱਟ ਕੇ ਪਾਲੇ ਬੱਚੇ। ਗਿਆ ਸੀ ਤੋਂ ਅਰਮੀਨੀਆ, ਅਰਮੀਨੀਆ ਦੇ ਵਿੱਚ ਗਏ ਨੂੰ ਹੋ ਗਏ ਸੀ, 6-7 ਮਹੀਨੇ ਹੋ ਗਏ ਸੀ ਗਏ ਨੂੰ, 17 ਮਹੀਨਾ ਜਾਣ ਡਿਆ ਸੀ ਗਏ ਨੂੰ। ਅਤੇ ਆਪਣੇ ਵੱਲੋਂ ਤਾਂ ਅਸੀਂ ਕਮਾਈ ਕਰਕੇ ਘੱਲਿਆ ਸੀ, ਚੁੱਕ ਚੁਕਾ ਕੇ ਲਾ ਕੇ 5-1 ਲੱਖ ਰੁਪਈਆ ਲਾਇਆ ਸੀ ਚੁੱਕ ਚੁਕਾ ਕੇ, ਅਤੇ ਕਮਾਉਣ ਵਾਸਤੇ ਘੱਲਿਆ ਸੀ ਵੀ ਚਲੋ ਘਰ ਦੇ ਹਾਲਤ ਜਿਹੜੇ ਆ ਕੁਛ ਬਦਲ ਜਾਣਗੇ ਹਾਲਾਤ। ਇੰਨਾ ਨਹੀਂ ਸੀ ਪਤਾ ਸਾਡੇ ਪੁੱਤ ਨੇ ਇਹ ਕੁਛ ਹੋਣਾ। ਜਿੱਦਣ ਇੱਦਾਂ ਹੋਈ ਆ ਗੱਲ ਵੀ ਉਹਦੇ ਨਾਲ, ਅਤੇ ਰਾਤ ਨੂੰ ਗੱਲ ਕੀਤੀ, ਕਹਿੰਦਾ ਮਾਂ ਮੈਨੂੰ ਬੁਖਾਰ ਚੜਿਆ ਆ ਅਤੇ ਮੈਨੂੰ ਕਾਹਲੀ ਪੈਣੀ, ਨਾਲੇ ਘਬਰਾਹਟ ਹੋਣ ਡਈ ਆ। ਮਾਂ ਨੂੰ 1 ਦਿਨ ਪਹਿਲਾਂ ਕਹਿੰਦਾ, ਉਸ ਦਿਨ ਮਾਂ ਨੇ ਪੈਸੇ ਪਾ ਤੇ ਨੇ, 2200 ਰੁਪਈਆ ਵੀ ਪਾਇਆ ਉਹਨੂੰ ਕੌਂਡੋ ਦੇ ਵਿੱਚ ਵੀ ਆ ਲੈ ਦਵਾਈ ਲੈ। ਅਤੇ ਫਿਰ ਥੋੜ੍ਹੇ ਦਿਨ ਬਾਅਦ ਫਿਰ ਆਉਂਦਾ, ਮੈਨੂੰ ਅੱਜ ਜ਼ਿਆਦਾ ਘਬਰਾਹਟ ਹੋਣ ਡਈ ਆ ਅਤੇ ਕਾਹਲੀ ਪੈਣ ਡਈ ਆ ਅਤੇ ਪਤਾ ਨਹੀਂ ਮੈਨੂੰ ਮਾਂ ਕੀ ਹੋਣ ਡਿਆ। ਕਹਿੰਦੀ ਪੁੱਤ ਤੂੰ ਇੱਦਾਂ ਕਰ, ਨਹਾ ਧੋ ਕੇ ਤੇ ਲੰਮੇ ਪੈ ਤੇ ਰੈਸਟ ਕਰ, ਖਰੇ ਤੂੰ ਠੀਕ ਹੋ ਜਾਏਗਾ, ਘਬਰਾਹਟ ਪੈਣੀ। ਕਹਿੰਦਾ ਇੱਥੇ ਨਾ ਆਕਸੀਜਨ ਦੀ ਵੀ ਥੋੜ੍ਹੀ ਜਿਹੀ ਕਮੀ ਆ, ਇੰਨਾ ਪਤਾ ਹੀ ਨਹੀਂ ਹੈਗਾ ਵੀ ਇਹ ਕੰਮ ਹੋ ਜਾਣਾ, ਇਹਨਾਂ ਤਾਂ ਸੋਚਿਆ ਹੀ ਨਹੀਂ ਮਨ ਦੇ ਵਿੱਚ। ਆਪਣੇ ਵੱਲੋਂ ਤਾਂ ਚੰਗੇ ਕੰਮਾਂ ਵਾਸਤੇ ਭੇਜੀ ਦਾ, ਕਮਾਈ ਵਾਸਤੇ ਭੇਜੀ ਦਾ, ਅਤੇ ਹਾਲਤ ਹੀ ਮਨ ਸਭ ਚੁੱਕ ਚੁਕਾ ਕੇ, ਮਾਂ ਚਰੀ ਦਾ ਕੀ ਰਹਿ ਗਿਆ, ਕੁਛ ਨਹੀਂ, ਲੱਕ ਹੀ ਟੁੱਟ ਗਿਆ ਸਾਰਾ ਚੁੱਕ ਚੁਕਾ ਕੇ। ਬੜੇ ਔਖੇ ਪੁੱਤ ਪਾਲਿਆ, ਇਹ 2 ਭਰਾ ਸੀ, ਦੂਜਾ 12 ਸਾਲ ਦਾ ਹੈ, ਛੋਟਾ ਇਹੋ ਹੀ ਵੱਡਾ ਸੀ, ਇਹਦੇ 'ਤੇ ਆਸਾਂ ਸੀ, ਇਹਨੇ ਕਮਾਉਣਾ, ਇਹ ਹੀ ਚੁੱਕ ਗਿਆ ਚੁੱਕ ਚੁਕਾ। ਹੁਣ ਤਾਂ ਅਸੀਂ ਉਹਨੂੰ ਅਸੀਂ ਤਾਂ ਦਿਲਾਸਾ ਦੇਣੇ ਹਾਂ, ਪੁੱਤ ਕੋਈ ਗੱਲ ਨਹੀਂ 1 ਮਹੀਨਾ ਕੱਢ ਟਾਈਮ, ਤੈਨੂੰ ਇਟਲੀ ਗਾੜੀ ਕੱਢ ਦਾਂਗੇ, ਟੈਨਸ਼ਨ ਲੈ ਤੂੰ, ਕੋਈ ਗੱਲ ਨਹੀਂ। ਇਹਨਾਂ ਨੇ ਪਤਾ ਵੀ ਪੁੱਤ ਨੇ ਡੱਬੇ 'ਚ ਪੈਕ ਹੋ ਕੇ ਆ ਜਾਣਾ, ਇਹਨਾਂ ਤਾਂ ਸੋਚਿਆ ਹੀ ਨਹੀਂ ਹੈਗਾ। ਆਪਾਂ
ਸ਼ਾਸ਼ਨ ਤੁਹਾਡੇ ਕੀ ਮੰਗਿਆ ਵੇਖੋ, ਸਾਨੂੰ ਤੇ ਇੰਨੀ ਬੜੀ ਖੁਸ਼ੀ ਸਾਡੀ ਲਾਸ਼ ਮਿਲ ਗਈ, ਸਾਨੂੰ ਤੇ ਵੀ ਨਹੀਂ ਆਸ ਹੈਗੀ। ਸ਼ਾਸ਼ਨ ਗੱਲ ਇਹੋ ਹੀ ਹੈ ਕਿ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੱਚੇ ਕਿਉਂ ਧੱਕੇ ਖਾਣ, ਕਿਉਂ ਧੱਕੇ ਇੱਕ ਢਿੱਡ ਪਤਲੀ ਬਾਹਰ ਬੱਚੇ ਭੇਜੀ ਦੇ, ਨਹੀਂ ਤੇ ਕੀ ਲੋੜ ਹੈ ਭੇਜਣ ਦੀ। ਅਸੀਂ ਤੇ ਭੁੱਖਾਂ ਘੱਟ ਘੱਟ ਕੇ ਪਾਲੇ ਬੱਚੇ।